अस्सलाम वालेकुम जनाब, अज असी हिकमतुल्लाह दे डेरे ते जनाब तुहानू असी लो प्राइस थोड़े जे पैसों वाले जिहड़े जानवर ने ओह असी तुहानू दिखावांगे। लोग कहिंदे ने जी महंगे बहुत हैगे ने, असी महंगे दे नाल जनाब तुहाडी खिदमत दे विच जिहड़े सस्ते सस्ते जानवर ने ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ। ਥੋੜ੍ਹੇ ਪੈਸਿਆਂ ਵਾਲੇ ਜਾਨਵਰ ਜੇਕਰ ਕੋਈ ਲੈਣਾ ਚਾਹੁੰਦਾ ਹੋਵੇ, ਕੋਈ ਮਜ਼ਦੂਰੀ ਵਾਸਤੇ ਵੀ ਕੋਈ ਲੈਣਾ ਚਾਹੁੰਦਾ ਹੋਵੇ ਤਾਂ ਉਹ ਵੀ ਤੁਹਾਨੂੰ ਇਨਸ਼ਾਅੱਲਾ ਮਿਲ ਜਾਣਗੇ ਇੱਥੇ। ਅਤੇ ਮਜ਼ਦੂਰੀ ਵਾਲੇ ਜਿਹੜੇ ਜਾਨਵਰ ਨੇ ਜੀ ਉਹ ਲੈਣ ਵਾਸਤੇ ਅਸੀਂ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ। ਇਸ ਤੋਂ ਪਹਿਲੇ ਅਗਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਜਨਾਬ, ਅਤੇ ਬੈਲ ਆਈਕਨ ਨੂੰ ਜ਼ਰੂਰ ਤੁਸੀਂ ਪ੍ਰੈਸ ਕਰਨਾ ਤਾਂ ਕਿ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਤੁਹਾਡੇ ਤੱਕ ਜਨਾਬ ਪਹੁੰਚ ਸਕੇ। ਅਤੇ ਸਭ ਨਾਲੋਂ ਪਹਿਲੇ ਜਨਾਬ ਇਹ ਦੇਖੋ, ਇਹ ਮੁਸ਼ਕਾ ਘੋੜਾ ਖੜਾ ਹੈ ਜੀ, ਇਹ ਦੇਖੋ ਮਾਸ਼ਾਅੱਲਾ ਖੂਬਸੂਰਤ ਚੀਜ਼ ਹੈ ਜੀ, ਬਹੁਤ ਮਾਸ਼ਾਅੱਲਾ ਪਿੰਡੇ 'ਤੇ ਸ਼ਾਈਨਿੰਗ, ਔਰ ਕੱਦ ਵੀ ਤਕਰੀਬਨ ਇਹਦਾ 60 ਇੰਚ ਕੱਦ ਇਨਸ਼ਾਅੱਲਾ ਹੈ। ਅਤੇ ਮਾਸ਼ਾਅੱਲਾ ਖੂਬਸੂਰਤ ਚੀਜ਼ ਹੈਗੀ ਹੈ, ਉਮਰ ਇਹਦੀ 5 ਸਾਲ ਦੇ, ਹਿਕਮਤੁੱਲਾ ਭਾਈ ਦੇ ਡੇਰੇ ਉੱਤੇ ਇਹ ਜਨਾਬ ਖੜਾ ਹੈ ਫੋਰ ਸੇਲ। ਅਤੇ ਅੱਗੇ ਵਧਦੇ ਹਾਂ ਜਨਾਬ, ਅਤੇ ਅੱਗੇ ਵੀ ਮਾਸ਼ਾਅੱਲਾ ਤੁਹਾਨੂੰ ਇਹ ਦਿਖਾਉਂਦੇ ਹਾਂ, ਇਹ ਵੀ ਰੋਜ਼ੀ ਵਾਸਤੇ ਜਾਨਵਰ ਮੌਜੂਦ ਹੈਗੇ ਨੇ, ਜਿਹੜੇ ਕਿ ਅਗਰ ਤੁਸੀਂ ਕਿਸੇ ਸਾਡੇ ਦੋਸਤਾਂ ਦੇ ਡੇਰੇ ਸ਼ੇਰੇ ਹੈਗੇ ਨੇ, ਅੱਲਾ ਪਾਕ ਆਬਾਦ ਰੱਖੇ ਤੁਹਾਨੂੰ, ਤੁਹਾਡੇ ਡੇਰਿਆਂ ਨੂੰ ਆਬਾਦ ਰੱਖੇ। ਅਤੇ ਜਿਹੜੇ ਬਾਹਰ ਰਹਿੰਦੇ ਨੇ ਮੇਰੇ ਦੋਸਤ, ਮੇਰੇ ਬੇਟੇ, ਮੇਰੇ ਭਾਈ, ਅਤੇ ਜਨਾਬ ਉਹਨਾਂ ਦੇ ਅੱਲਾ ਪਾਕ ਡੇਰੇ ਆਬਾਦ ਰੱਖੇ। ਅਤੇ ਕੋਈ ਪੱਠਿਆਂ ਪੁੱਠਿਆਂ ਵਾਸਤੇ ਵੀ ਤੁਹਾਨੂੰ ਕੋਈ ਡੰਗਰ ਡੁੰਗਰ ਚਾਹੀਦਾ ਹੋਵੇ, ਰੇਹੜੇ ਦੇ ਵਿੱਚ ਲੱਗੀ ਚਾਹੀਦਾ ਹੋਵੇ ਗਰੰਟੀ ਨਾਲ, ਅਤੇ ਇਹ ਵੀ ਜਨਾਬ ਇੱਥੋਂ ਤੁਹਾਨੂੰ ਮਿਲ ਸਕਦੇ ਨੇ। ਪੈਰ ਪੂਰ ਤੁਸੀਂ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆਉਂਦੇ ਪਏ ਹੋਣਗੇ, ਮਾਸ਼ਾਅੱਲਾ ਖੂਬਸੂਰਤ ਔਰ ਬਿਲਕੁਲ ਪੈਰ ਖੁਰ ਹਰ ਚੀਜ਼। ਅਤੇ ਇਹ ਵੀ ਤੁਹਾਨੂੰ ਇੱਥੇ ਯਾਨੀ ਕਿ ਰੇੜੇ ਦੇ ਵਿੱਚ ਵੀ ਰੋਜ਼ੀ ਵਾਸਤੇ ਵੀ ਤੁਹਾਨੂੰ ਮਿਲ ਸਕਦੇ ਨੇ ਛੋਟੇ। ਇਹ ਵੇਖੋ ਇਹ ਉਹਦੀ ਹਾਈਟ ਜ਼ਿਆਦਾ ਸੀ, ਇਹ ਛੋਟੀ ਹਾਈਟ ਦੀ ਘੋੜੀ ਖੜੀ ਹੈ, ਡੱਬੀ ਘੋੜੀ ਹੈ, ਇਹ ਵੀ ਤੁਹਾਨੂੰ ਜਨਾਬ ਮਿਲ ਸਕਦੀ ਹੈ ਘੱਟ ਪੈਸਿਆਂ ਦੇ ਵਿੱਚ, ਕਮ ਘੱਟ ਪ੍ਰਾਈਸ ਦੇ ਵਿੱਚ ਇਹ ਵੀ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੋ ਤਾਂ ਜਨਾਬ ਤੁਸੀਂ ਇਤਵਾਰ ਵਾਲੇ ਦਿਨ ਤੁਸੀਂ ਆ ਸਕਦੇ ਜੇ, ਅਤੇ ਇਤਵਾਰ ਵਾਲੇ ਤੋਂ ਇਤਵਾਰ ਤੋਂ ਬਗੈਰ ਵੀ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਜੇ। ਅੱਛੇ ਜਾਨਵਰ ਤੁਹਾਨੂੰ ਇੱਥੇ ਮਿਲਣਗੇ, 24 ਆਵਰ 24 ਘੰਟੇ ਜਾਨਵਰ ਤੁਹਾਨੂੰ ਮਿਲਣਗੇ। ਅਤੇ ਜਨਾਬ ਇਹ ਵੇਖੋ ਤੁਸੀਂ ਡੱਬੀ ਘੋੜੀ ਜੇ, ਇਹ ਪੈਰ ਇਹਦੇ ਵੇਖੋ ਮਾਸ਼ਾਅੱਲਾ ਖੂਬਸੂਰਤ ਪੈਰ ਹੈਗੇ ਨੇ, ਅੱਛੀਆਂ ਘੋੜੀਆਂ, ਅੱਛੇ ਜਾਨਵਰ, ਸਾਫ਼ ਸੁਥਰੇ ਜਾਨਵਰ। ਹਰ ਜਾਨਵਰ ਦੀ ਵੱਖਰੀ ਵੱਖਰੀ ਕੈਟਾਗਰੀ ਹੈਗੀ, ਵੱਖਰੀ ਵੱਖਰੀ ਕੀਮਤ ਹੈਗੀ, ਵੱਖਰੀ ਵੱਖਰੀ ਪ੍ਰਾਈਸ ਹੈਗੀ। ਅਤੇ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਜੇ, ਆਓ ਇੱਥੇ ਦੇਖੋ ਜਾਨਵਰ। ਅਤੇ ਉਸ ਤੋਂ ਬਾਅਦ ਜੀ ਤੀਸਰੇ ਨੰਬਰ ਦੇ ਉੱਤੇ ਇਹ ਦੇਖੋ, ਇਹ ਘੋੜੀ ਹੈਗੀ ਜੇ, ਇਹ ਵੀ ਫੋਰ ਸੇਲ ਹੈਗੀ ਜੇ, ਸਾਰੇ ਜਾਨਵਰ ਤਕਰੀਬਨ ਫੋਰ ਸੇਲ ਨੇ। ਇਹਦੇ ਨਾਲ ਜਿਹੜੀ ਘੋੜੀ ਹੈ, ਡੱਬੀ ਰੰਗ ਦੀ ਘੋੜੀ, ਇੱਕ ਪਹਿਲੇ ਤੁਹਾਨੂੰ ਮੈਂ ਦਿਖਾਈ ਸੀ, ਇੱਕ ਇਹ ਡੱਬੀ ਰੰਗ ਦੀ ਘੋੜੀ ਤੁਹਾਨੂੰ ਮੈਂ ਦਿਖਾਉਂਦਾ ਪਿਆ ਜੇ, ਇਹ ਜਿਹੜੀ ਖਲੋਤੀ ਹੋਈ ਹੈ। ਮਾਸ਼ਾਅੱਲਾ ਅੱਛੀਆਂ ਚੀਜ਼ਾਂ ਹੈਗੀਆਂ ਨੇ, ਖੂਬਸੂਰਤ ਚੀਜ਼ਾਂ ਨੇ। ਇਸ ਤੋਂ ਬਾਅਦ ਨਾਲ ਹੀ ਤੁਹਾਨੂੰ ਮੈਂ ਦਿਖਾਉਣਾ ਜੀ ਉਹ ਪਰਲੇ ਪਾਸੇ ਖਲੋਤੀ ਹੋਈ, ਲਓ ਜੀ ਦੂਸਰੀ ਸਾਈਡ ਤੋਂ ਤੁਹਾਨੂੰ ਮੈਂ ਦਿਖਾਉਣਾ। ਇਹ ਦੇਖੋ ਇਹ ਵਾਲੇ ਜਾਨਵਰ ਜਿਹੜੇ ਹੈਗੇ ਨੇ, ਇਹ ਵੀ ਫੋਰ ਸੇਲ ਹੈਗੇ ਨੇ, ਇਹ ਜਿਹੜੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਘੱਟ ਪ੍ਰਾਈਜ਼ ਦੇ ਵਿੱਚ ਨੇ, ਥੋੜ੍ਹੇ ਪੈਸਿਆਂ ਦੇ ਵਿੱਚ ਨੇ। ਤੁਸੀਂ ਆਓ, ਤੁਸੀਂ ਮੰਡੀ ਦਾ ਵਿਜ਼ਿਟ ਕਰ ਸਕਦੇ ਜੇ, ਅਤੇ ਮਾਸ਼ਾਅੱਲਾ ਤੁਸੀਂ ਦੇਖੋ ਇਹ ਜੀ ਸਾਰੇ ਜਾਨਵਰ ਜੋ ਹੈ ਨਾ ਉਹ ਇਹ ਖੜੇ ਹੋਏ ਹੈ, ਫੋਰ ਸੇਲ ਵਾਲੇ ਹੈ। ਇਹ ਦੇਖੋ ਇਹ ਵਾਲੇ, ਔਰ ਕਾਫੀ ਜਾਨਵਰ ਜੀ ਇੱਧਰ ਆਪਕੋ ਮਿਲ ਜਾਏਗੇ, ਅੱਛੇ ਖੂਬਸੂਰਤ ਘੋੜੇ ਆਪਕੋ ਇੱਧਰ ਮਿਲ ਜਾਏਗੇ ਹਿਕਮਤ ਕੇ ਪਾਸ। ਤੋ ਵੀਡੀਓ ਹਮਾਰੀ ਅੱਛੀ ਲੱਗੀ ਹੋ ਤੋ ਲਾਈਕ ਸ਼ੇਅਰ ਜ਼ਰੂਰ ਕੀਜੀਏਗਾ। ਇਨਸ਼ਾਅੱਲਾ ਨਈ ਵੀਡੀਓ ਮੈਂ ਫਿਰ ਮੁਲਾਕਾਤ ਹੋਗੀ ਆਪਸੇ, ਭਾਈਓ ਸੇ ਆਪਣਾ ਬਹੁਤ ਸਾਰਾ ਖਿਆਲ ਰੱਖੀਏਗਾ। ਦੁਆ ਗੋ ਹੂੰ ਆਪ ਸਭ ਕੇ ਲੀਏ, ਭਾਈਓ ਕੇ ਲੀਏ, ਆਪਕੇ ਘਰ ਵਾਲੋ ਕੇ ਲੀਏ, ਆਪਕੇ ਲੀਏ, ਆਪਣੇ ਬੱਚੋ ਕੇ ਲੀਏ, ਆਪਕੇ ਬੱਚੋ ਕੇ ਲੀਏ, ਦੁਆ ਗੋ ਹੂੰ। ਅੱਲਾ ਪਾਕ ਆਪਕੋ ਸਲਾਮਤ ਰੱਖੇ, ਖੁਸ਼ ਰੱਖੇ, ਆਬਾਦ ਰੱਖੇ, ਆਪਣੀ ਦੁਆਓਂ ਮੈਂ ਸ਼ਾਮਿਲ ਰੱਖੀਏਗਾ, ਆਪਣੇ ਦੋਸਤੋਂ ਕੋ, ਆਪਣੇ ਰਿਸ਼ਤੇਦਾਰੋਂ ਕੋ, ਸਭ ਕੇ ਲੀਏ ਦੁਆ ਕੀਜੀਏਗਾ। ਅੱਲਾ ਹਾਫਿਜ਼।